ਦੁਆਬਾ ਸਾਹਿਤ ਅਤੇ ਸਮਾਜਿਕ ਕੇਂਦਰ ਫਗਵਾੜਾ ਦੇ ਪ੍ਰਧਾਨ ਰਵਿੰਦਰ ਸਿੰਘ ਰਾਏ ਵਿੱਤ ਸਕੱਤਰ ਬਲਵੀਰ ਸਿੰਘ ਸਾਬਕਾ ਐਸਟੀਓ ਦੀ ਅਗਵਾਈ ਹੇਠ ਲੋਕਾਂ ਨੂੰ ਜਾਗਰੂਕ ਕਰਦਿਆਂ ਸਰਾਇਨ ਰੋਡ ਵਿਖੇ ਲੋਕਾਂ ਨੂੰ ਕੱਪੜੇ ਦੇ ਥੈਲੇ ਵੰਡੇ ਗਏ। ਇਸ ਦੌਰਾਨ ਜਿੱਥੇ ਬੁਲਾਰਿਆਂ ਨੇ ਦੁਕਾਨਾਂ ਅਤੇ ਰੇਹੜੀ ਤੋਂ ਸਬਜ਼ੀ ਖਰੀਦਣ ਆਏ ਲੋਕਾਂ ਨੂੰ ਜਾਗਰੂਕ ਕਰਦਿਆਂ ਪਲਾਸਟਿਕ ਦੇ ਲਿਫਾਫਿਆਂ ਨਾਲ ਹੋ ਰਹੇ ਨੁਕਸਾਨ ਬਾਰੇ ਜਾਣਕਾਰੀ ਦਿੱਤੀ। ਉੱਥੇ ਹੀ ਸਰਦਾਰ ਰਵਿੰਦਰ ਸਿੰਘ ਰਾਏ ਨੇ ਆਖਿਆ ਕਿ ਪਲਾਸਟਿਕ ਦੇ ਲਿਫਾਫੇ ਵਾਤਾਵਰਨ ਨੂੰ ਬਹੁਤ ਹੀ ਜ਼ਿਆਦਾ ਪ੍ਰਦੂਸ਼ਿਤ ਕਰਦੇ ਨੇ, ਜਿਸ ਨਾਲ ਇਨਸਾਨ ਕਈ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਦੀ ਚਪੇਟ ਵਿੱਚ ਆ ਰਿਹਾ ਹੈ। ਉਹਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਸਰਕਾਰ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਪਲਾਸਟਿਕ ਦੇ ਲਿਫਾਫਿਆਂ ਦੀ ਬਜਾਏ ਕੱਪੜੇ ਦੇ ਥੈਲੇ ਵਰਤੋਂ ਵਿੱਚ ਲਿਆਉਣੇ ਚਾਹੀਦੇ ਨੇ ਤਾਂ ਜੋ ਵਾਤਾਵਰਨ ਨੂੰ ਗੰਧਲਾ ਹੋਣ ਤੋਂ ਬਚਾਇਆ ਜਾ ਸਕੇ। ਅੱਜ ਦੁਆਬਾ ਸਾਹਿਤ ਅਤੇ ਸਮਾਜਿਕ ਕੇਂਦਰ ਫਗਵਾੜਾ ਵੱਲੋਂ ਇਸ ਸਟਾਰਟ ਮਿਲ ਦੇ ਚੌਂਕ ਵਿੱਚ ਇੱਕ ਨਵਾਂ ਸਮਾਗਮ ਸ਼ੁਰੂ ਕੀਤਾ ਗਿਆ ਹੈ, ਜਿਸ ਅਧੀਨ ਸਾਡਾ ਇੱਕ ਮੈਸੇਜ ਹੈਗਾ, ਪਲਾਸਟਿਕ ਹਟਾਓ ਅਤੇ ਥੈਲਾ ਪਿਲਾਓ। ਇਹ ਕੱਪੜੇ ਦਾ ਥੈਲਾ ਜੋ ਹੈ ਸਾਡੀ ਦੁਆਬਾ ਸਾਹਿਤ ਸਮਾਜਿਕ ਕੇਂਦਰ ਫਗਵਾੜਾ ਦੇ ਹੈਗੇ ਆ, ਉਹਨਾਂ ਦੇ ਸਾਡੇ ਪ੍ਰੋਜੈਕਟ ਡਾਇਰੈਕਟਰ ਸਾਡੇ ਸਾਥੀ ਬਲਵੀਰ ਸਿੰਘ ਜੋ ਕਿ ਐਸ ਡੀ ਓ ਰਿਟਾਇਰ ਹੋਏ ਨੇ ਪਾਵਰਕੌਮ ਤੋਂ, ਉਹਨਾਂ ਦਾ ਸਾਰਾ ਪ੍ਰੋਜੈਕਟ ਹੈਗਾ। ਅਸਲ 'ਚ ਇਹ ਸਾਡੇ ਪ੍ਰੋਜੈਕਟ ਦਾ ਮੰਤਵ ਇਹ ਹੈਗਾ, ਅਸੀਂ ਜੋ ਪਲਾਸਟਿਕ ਅਪਣਾ ਰਹੇ ਇਸ ਵੇਲੇ ਉਹ ਸਾਡੀ ਪਾਣੀ ਨੂੰ, ਸਾਡੀ ਧਰਤੀ ਨੂੰ, ਸਾਡੀ ਹਵਾ ਨੂੰ ਪ੍ਰਦੂਸ਼ਿਤ ਕਰ ਰਿਹਾ ਹੈਗਾ। ਅਸੀਂ ਲੱਖਾਂ ਬਿਮਾਰੀਆਂ ਦਾ ਜੋ ਹੈਗਾ ਅਸੀਂ ਉਹ 'ਚ ਗ੍ਰਸਤ ਹੋ ਰਹੇ ਹੈਗੇ ਹਾਂ। ਇਹਨਾਂ ਚੀਜ਼ਾਂ ਨੂੰ ਬਚਾਉਣ ਵਾਸਤੇ ਸਾਡੀ ਦੁਆਬਾ ਸਾਹਿਤ ਸਮਾਜਿਕ ਕੇਂਦਰ ਫਗਵਾੜਾ ਜੋ ਹੈ ਇੱਕ ਨਿੱਕਾ ਜਿਹਾ ਉਪਰਾਲਾ ਕਰ ਰਹੀ ਹੈਗੀ ਆ। ਪਲੀਜ਼ ਤੁਸੀਂ ਇਹ ਆਪਣੇ ਕੱਪੜੇ ਦੇ ਥੱਲੇ ਇਹ ਅਪਣਾਓ, ਜਿਸ ਦਾ ਨਾਂ ਰੱਖਿਆ ਸੀ ਪੰਜਾਬੀ ਥੈਲਾ। ਠੀਕ ਹੈ ਨਾ, ਮੇਰੇ ਨਾਲ ਖੜ੍ਹੇ ਨੇ ਓਮਪ੍ਰਕਾਸ਼ ਜੀ, ਨਾਲ ਨੇ ਲਸ਼ਕਰ ਜੀ, ਇੱਧਰ ਸਾਡੇ ਬਲਵੀਰ ਸਿੰਘ ਜੀ, ਸੁਰਿੰਦਰ ਜੀ ਨੇ, ਇਹ ਸਾਡੇ ਰਜਤ ਲਕਸ਼ਮ ਜੀ ਨੇ, ਇਹ ਮੈਡਮ ਨੇ, ਇਹਨਾਂ ਸਾਰਿਆਂ ਨੇ ਇਹ ਤੁਹਾਇਆ ਕੀਤਾ ਅੱਜ ਵੀ ਅਸੀਂ ਅੱਜ ਤੋਂ ਅਸੀਂ ਜਿਹੜੇ ਪਲਾਸਟਿਕ ਦੇ ਥੈਲੇ ਆ ਜੋ ਪਲਾਸਟਿਕ ਚੀਜ਼ਾਂ ਉਹਨਾਂ ਤੋਂ ਇਨਕਾਰੀ ਕਰਨੀ ਹੈਗੀ ਆ। ਅਸੀਂ ਸ਼ੁਰੂ ਕਰਨੀ ਇੱਕ ਮੁਹਿੰਮ ਨਵੀਂ, ਉਹ ਮੁਹਿੰਮ ਕੀ ਹੈਗੀ ਆ ਵੀ ਅਸੀਂ ਕੱਪੜੇ ਦੇ ਥੈਲੇ ਪਲਾਉਣੇ ਹੈਗੇ ਨੇ, ਤਾਂ ਕਿ ਅਸੀਂ ਇਸ ਇਹ ਜੋ ਧਰਤੀ 'ਤੇ ਜੋ ਪੋਲਿਊਸ਼ਨ ਫੈਲ ਰਿਹਾ ਹੈਗਾ ਉਸ ਤੋਂ ਬਚੀਏ, ਬਿਮਾਰੀਆਂ ਤੋਂ ਬਚੀਏ, ਧਰਤੀ ਪਾਣੀ ਸਾਨੂੰ ਸਹੀ ਰੱਖੀਏ, ਵਾਤਾਵਰਨ ਨੂੰ ਸਹੀ ਰੱਖੀਏ। ਇਸ ਕਰਕੇ ਅਸੀਂ ਦੁਆਬਾ ਸਾਹਿਤ ਸਮਾਜਿਕ ਕੇਂਦਰ ਵੱਲੋਂ ਇੱਕ ਨਵੀਂ ਮੁਹਿੰਮ ਸ਼ੁਰੂ ਕੀਤੀ ਹੈਗੀ ਆ, ਜੋ ਕਿ ਉਸਦਾ ਅਸੀਂ ਅੱਜ ਆਗਾਜ਼ ਕੀਤਾ ਹੈਗਾ। ਅੱਜ ਜਿੰਨੇ ਵੀ ਸਾਡੇ ਰੇਹੜੀ ਵਾਲੇ ਜਾਂ ਹੋਰ ਵੀ ਸਾਡੇ ਸੱਜਣ ਆਏ ਨੇ, ਉਹਨਾਂ ਸਾਰਿਆਂ ਨੂੰ ਮੈਂ ਧੰਨਵਾਦ ਕਰਦਾ ਹੈਗਾ। ਪਲੀਜ਼ ਬੇਨਤੀ ਵੀ ਕਰਦਾ ਹੈਗਾ ਵੀ ਤੁਸੀਂ ਪਲਾਸਟਿਕ ਹਟਾਓ ਅਤੇ ਪੰਜਾਬੀ ਥੈਲਾ। ਉੱਧਰ ਦੁਕਾਨਾਂ ਅਤੇ ਰੇਹੜੀ ਤੋਂ ਸਬਜ਼ੀ ਲੈਣ ਆਏ ਲੋਕਾਂ ਨੇ ਵੀ ਸੰਸਥਾ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਵਿਸ਼ਵਾਸ ਦਵਾਇਆ ਕਿ ਉਹ ਕੱਪੜੇ ਦੇ ਥੈਲੇ ਹੀ ਵਰਤੋਂ ਵਿੱਚ ਲਿਆਉਣਗੇ। ਉਹਨਾਂ ਸੰਸਥਾ ਦੇ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ 'ਤੇ ਲਸ਼ਕਰ ਸਿੰਘ, ਓਮ ਪ੍ਰਕਾਸ਼, ਹਰਿੰਦਰ ਸਿੰਘ ਵਿਰਦੀ, ਸੁਖਵਿੰਦਰ ਸਿੰਘ, ਗੁਰਦੀਪ ਸਿੰਘ ਤੁਲੀ, ਪ੍ਰਿਤਪਾਲ ਕੌਰ ਤੁਲੀ, ਹਰਜਿੰਦਰ ਗੋਗਣਾ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।